ਜੀ ਅਸਲਾਮ ਵਾਲੇਕੁਮ ਜੀ ਮੈਂ ਹਾਂ ਤੁਹਾਡਾ ਆਪਣਾ ਹੌਂਸ ਬਾਬਾ ਜੀ ਔਰ ਮੈਂ ਪਹੁੰਚ ਗਿਆ ਬੈਕ ਵਾਪਸ ਅਸੀਂ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ ਅਸੀਂ ਪਹੁੰਚੇ ਹੋਏ ਹਾਂ ਬਿਲਕੁਲ ਜੀ ਨਜ਼ਦੀਕ ਹੈ ਇਸ ਵੇਲੇ ਬੁੱਧੂ ਦੇ ਆਵੇ ਦੇ ਔਰ ਸਾਡੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਹੈ ਨਾ ਉਹ ਚਾਹ ਰਿਹਾ ਸਰਦਾਰ ਸਾਹਿਬ ਚਾਹੁੰਦੇ ਨਾ ਬੱਚਿਆਂ ਨਾਲ ਮੈਂ ਖੇਡਾਂ ਠੀਕ ਹੈ ਜੀ ਆਹ ਦੇਖ ਲਓ ਤੁਸੀਂ ਹੁਣ ਨਿੱਕੇ ਨਿੱਕੇ ਜਵਾਕ ਜਿਹੜੇ ਹੈ ਉਹ ਸਰਦਾਰ ਜੀ ਨਾਲ ਖੇਡਣ ਲੱਗੇ ਹੈ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਆਹ ਵੇਖੋ ਸਰਦਾਰ ਸਾਹਿਬ ਬੈਟ ਫੜ ਕੇ ਲੱਗੇ ਹੋਏ ਹੈ ਬੱਚਿਆਂ ਦੇ ਨਾਲ ਯਾਨੀ ਕਿ ਇੱਦਾਂ ਘੁਲ ਮਿਲ ਗਏ ਹੈ ਜਿਸ ਤਰ੍ਹਾਂ ਕਿ ਬੰਦਾ ਬਹੁਤ ਦੇਰ ਤੋਂ ਇੱਕ ਦੂਜੇ ਨੂੰ ਜਾਣਦਾ ਹੋਏ ਠੀਕ ਹੈ ਜੀ ਲਓ ਜੀ ਵਾਈਡ ਹੈ ਹਾਂਜੀ ਤੇ ਬਾਲ ਵੀ ਵਾਈਡ ਹੈ ਬਾਲ ਵਾਈਡ ਸੀ ਇਹ ਤਾਂ ਬੋਲ ਹੀ ਨੀ ਟੱਚ ਹੋ ਰਹੀ ਮਹਾਰਾਜ ਮੇਰਾ ਮੂੰਹ ਨਾ ਸਿੱਕੇ ਹੋ ਬਾਕੀ ਠੀਕ ਹੈ ਹੈਲੋ ਹੁਣ ਮਾਰਤਾ ਸਿੱਕਾ ਲਓ ਜੀ ਉਹ ਗੇਂਦ ਵੀ ਗਵਾਤੀ ਪਾਕਿਸਤਾਨ ਤੇ ਉਹ ਦੇਖ ਰਹੇ ਹੈ ਜਨਾਬ ਬੱਚੇ ਜਿਹੜੇ ਆ ਬਹੁਤ ਖੁਸ਼ ਹੈ ਬੈਟ ਨਾਲ ਗੱਲ ਨਾ ਬਣੇ ਠੀਕ ਹੈ ਜੀ ਲਓ ਜੀ ਬੱਚਿਆਂ ਦੇ ਨਾਲ ਜਿਹੜੇ ਆ ਸਰਦਾਰ ਸਾਹਿਬ ਪਹੁੰਚੇ ਹੋਏ ਸਰਦਾਰ ਸਾਹਿਬ ਜੀ ਸਰਦਾਰ ਸਾਹਿਬ ਦੇ ਨਾਮ ਸਰਦਾਰ ਸਾਹਿਬ ਜੀ ਬੜੇ ਪਲੇਅਰ ਨੇ ਮੈਂ ਬੋਲ ਕਰਾਈ ਉਹਨਾਂ ਨੇ ਬੋਲ ਹੀ ਗਵਾ ਦਿੱਤੀ ਨਹੀਂ ਉਹ ਲੱਭੀ ਕਿ ਨਹੀਂ ਲੱਭ ਗਈ ਫੇਰ ਠੀਕ ਆ ਫੇਰ ਠੀਕ ਆ ਲੱਭ ਗਈ ਆ ਜੀ ਕਿਹਦਾ ਲੱਗਾ ਬੱਚਾ ਤੁਹਾਨੂੰ ਕਿ ਸਰਦਾਰ ਸਾਹਿਬ ਨਾਲ ਖੇਲ ਕੇ ਬਹੁਤ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਠੀਕ ਆ ਜੀ ਇੱਥੇ ਰਹਿ ਪਈਏ ਇਹ ਸਾਡਾ ਜੇਦੀ ਟੈਡੀ ਇਹ ਕੋਈ ਗੱਲ ਨੀ ਵੱਧ ਜੂਗਾ ਕਦ ਨੂੰ ਕੀ ਕਰਨਾ ਵਾ ਓਦਾਂ ਵੇਖੋ ਕਿੰਨਾ ਹੱਸਦਾ ਕਿੰਨਾ ਸੋਹਣਾ ਲੱਗਦਾ ਖੁਸ਼ ਹੋਣਾ ਜ਼ਰੂਰੀ ਆ ਬਸ ਇੰਨਾ ਵੱਡਾ ਹੋ ਵੀ ਜਾਊਗਾ ਜੇ ਖੁਸ਼ ਹੀ ਨੀ ਹੈਗਾ ਫਿਰ ਕੀ ਕਰੂਗਾ ਬਸ ਜੀ ਲੱਗੇ ਹੋਏ ਆ ਜੀ ਇਸ ਵੇਲੇ ਚਲੋ ਜੀ ਠੀਕ ਹੋ ਗਿਆ ਜੀ ਤੇ ਆਪਾਂ ਪਹੁੰਚੇ ਹਾਂ ਜੀ ਇਸ ਵੇਲੇ ਬੁੱਧੂ ਦੇ ਆਵੇ ਦੇ ਲੱਗੇ ਜੀ ਔਰ ਭਾਈ ਬੁੱਧੂ ਦਾ ਆਵਾ ਜਿਹੜਾ ਉਹ ਨਾਲ ਹੀ ਹੈ ਜੀ ਹੈ ਠੀਕ ਹੈ ਜੀ ਨਾਲ ਹੀ ਨਾਲ ਅਸੀਂ ਤੁਹਾਨੂੰ ਇਤਿਹਾਸ ਵੀ ਦਿਖਾਉਂਦੇ ਚੱਲਾਂਗੇ ਕਿ ਅਸੀਂ ਲੈ ਕੇ ਕਿਸ ਜਗ੍ਹਾ ਦੇ ਉੱਤੇ ਆਏ ਸੀ ਹਾਂ ਜੀ ਅਸੀਂ ਦੇਖ ਰਹੇ ਹਾਂ ਬੁੱਧੂ ਦਾ ਆਵਾ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਜਿਨ੍ਹਾਂ ਨੇ ਇੱਟਾਂ ਦਿੱਤੀਆਂ ਸੀਗੀਆਂ ਗੁਰਦੁਆਰਾ ਬਣਾਉਣ ਵਾਸਤੇ ਆਹ ਦੇਖੋ ਜੀ ਇੱਟਾਂ ਪੱਕੀਆਂ ਦੱਸਦਾ ਕਿ ਪੂਰੀਆਂ ਪੱਕੀਆਂ ਨਹੀਂ ਸੀਗੀਆਂ ਕੱਚੀਆਂ ਇੱਟਾਂ ਵਾਂ ਪਈਆਂ ਦੇਖਣ ਤੋਂ ਰੰਗ ਤੋਂ ਵੀ ਪਤਾ ਲੱਗਦਾ ਵਾ ਹੈ ਕਿ ਨਹੀਂ ਨਹੀਂ ਤਾਂ ਪੂਰਾ ਪੱਕਿਆ ਹੈ ਪੂਰਾ ਦਾ ਪੂਰਾ ਪਿੜ ਪੱਕਿਆ ਪਿਆ ਇਹ ਕੱਢਿਆ ਨਹੀਂ ਉਹਨਾਂ ਨੇ ਇਹ ਆਵਾ ਉਹ ਦੂਰ ਤੱਕ ਸੀ ਜੋ ਇੱਥੇ ਬੱਚਿਆਂ ਨੂੰ ਵੀ ਪਤਾ ਕਹਿੰਦੇ ਦੂਰ ਤੱਕ ਜਿੱਥੇ ਟ੍ਰਾਂਸਫਾਰਮਰ ਹੀ ਉੱਥੋਂ ਅੱਗੇ ਜਾਂਦਾ ਸੀਗਾ ਤੇ ਹੌਲੀ ਹੌਲੀ ਇੱਥੋਂ ਹੀ ਲੋਕ ਲੋਕਾਂ ਨੇ ਆਪਣੇ ਘਰ ਬਣਾਉਣ ਵਾਸਤੇ ਇੱਟਾਂ ਵਗੈਰਾ ਕੱਢ ਲਈਆਂ ਤੇ ਪਿੱਛੇ ਕਿੰਨੀ ਕੁ ਦੂਰ ਤੱਕ ਆ ਜੀ ਥੋੜਾ ਹੀ ਆ ਹੁਣ ਪਿੱਛੇ ਜਾਂਦਾ ਚਲੋ ਹੁਣ ਤੁਹਾਡੀ ਜ਼ਿੰਮੇਵਾਰੀ ਤੁਸੀਂ ਇੱਥੇ ਰਹਿੰਦੇ ਆ ਨਾ ਕ੍ਰਿਕਟ ਤੇ ਖੇਡਣੀ ਖੇਡਣੀ ਆ ਪਰ ਇਹਦਾ ਵੀ ਧਿਆਨ ਰੱਖਣਾ ਵਾ ਦੇਖ ਲੋ ਜੀ ਆਵੇ ਦੀ ਪੂਰੀ ਲੇਅਰ ਜਿਹੜੀ ਹੈ ਉਹ ਬਾਕੀ ਹੈ ਹਲੇ ਤੱਕ ਜਿਹੜੀ ਹੈ 2-3 ਚਾਰ ਪੰਜ ਪੰਜ ਲੇਅਰ ਔਰ ਭਾਜੀ ਇਹ ਬਾਕੀ ਉੱਪਰ ਵੀ ਸਾਰੀ ਲੇਅਰਾਂ ਨੇ ਨੇ ਮਤਲਬ ਚੜ ਗਏ ਨੇ ਨਾ ਹਾਂਜੀ ਭਾਜੀ ਇਹ ਲੇਕਿਨ ਇਹ ਗੱਲ ਹੈ ਕਿ ਸਭ ਤੋਂ ਮਜ਼ੇਦਾਰ ਦੀ ਗੱਲ ਹੈ ਕਿ ਮੁਗਲ ਦੌਰ ਦਾ ਬਣਿਆ ਹੋਇਆ ਲੇਕਿਨ ਇਹਦੇ ਵਿੱਚ ਨਾਨਕ ਸ਼ਾਹੀ ਹੈ ਇੱਟ ਜਿਹੜੀ ਲੱਗੀ ਹੈ ਉਹ ਨਾਨਕ ਸ਼ਾਹੀ ਲੱਗੀ ਹੈ ਕਿੱਦਾਂ ਵਧੀਆ ਦੇਖੋ ਤੁਸੀਂ ਕਿ ਸਰਦਾਰ ਤੇ ਚਲੇ ਗਏ ਗੱਲ ਉਹੀ ਹੈ ਕਿ ਸਿੰਘਪੁਰੇ ਦੀ ਗੱਲ ਹੋ ਰਹੀ ਹੈ ਕਿ ਸਿੰਘਪੁਰਾ ਆਹ ਦੇਖ ਲਓ ਤੁਸੀਂ ਜਿਹੜੀਆਂ ਇੱਟਾਂ ਨੇ ਇਹ ਜਿਹੜਾ ਚੌਕਾ ਜਿਹੜਾ ਲੱਗਾ ਹੋਇਆ ਸਾਰਾ ਇਹ ਸਾਰਾ ਦਾ ਸਾਰਾ ਜਿਹਨੂੰ ਕਿ ਨਾਨਕ ਸ਼ਾਹੀ ਇੱਟ ਕਿਹਾ ਜਾਂਦਾ ਇਹ ਨਾਨਕ ਸ਼ਾਹੀ ਇੱਟ ਹੈ ਜੀ ਅਗਰ ਇਤਿਹਾਸ ਦੀ ਦੇਖੀ ਜਾਏ ਤਾਂ ਆਪਣੇ ਸਾਡੇ ਇੱਥੇ ਲੋਕਲ ਜਿਹੜੀ ਹੈ ਸਬ ਕੌਂਟੀਨੈਂਟ ਦੀ ਇਹ ਆਖਰੀ ਇੱਟ ਹੈ ਜਿਹੜੀ ਮੌਜੂਦਾ ਇੱਟ ਹੈ ਉਹ ਬ੍ਰਿਟਿਸ਼ ਲੈ ਕੇ ਆਇਆ ਸੀ ਜਿਹਦੇ ਨਾਲ ਆਪਣਾ ਅੱਜ ਕੱਲ੍ਹ ਜਿਹੜਾ ਘਰ ਬਣਾਉਂਦੇ ਹਾਂ ਆਪਣਾ ਠੀਕ ਹੈ ਜੀ ਨਿਸ਼ਾਨ ਸਿੰਘ ਆਪਣੀ ਜਿਹੜੀ ਇੱਟ ਹੈ ਉਹ ਸਾਡੀ ਜਿਹੜੀ ਆਖਰੀ ਇੱਟ ਹੈ ਉਹ ਨਾਨਕ ਸ਼ਾਹੀ ਹੈ ਸਬ ਕੌਂਟੀਨੈਂਟ ਦੀ ਜਿਹੜੀ ਅਸੀਂ ਦਿਖਾ ਰਹੇ ਹਾਂ ਤੇ ਇਹ ਦੇਖੋ ਇਹਦੇ ਇੱਥੇ ਟੁੱਟਾ ਪੀਸ ਪਿਆ ਹੋਣਾ ਇਹ ਪਈ ਹੋਈ ਹੈ ਜੀ ਇਹ ਬ੍ਰਿਟਿਸ਼ ਆਹ ਬ੍ਰਿਟਿਸ਼ ਦੀ 2 ਸੇਰੀ ਹੈ ਤੁਸੀਂ ਇਹਨੂੰ ਅਗਰ ਚੱਕ ਕੇ ਦੇਖੋ
ਆਹ ਦੇਖੋ ਤੁਸੀਂ ਇਹਦਾ ਵਜ਼ਨ 2 ਸਿਰ ਹੈ ਇਸ ਵਾਸਤੇ ਕਿਹਾ ਜਾਂਦਾ ਸੀ ਇਹਨੂੰ ਔਰ ਅੱਗੇ ਜਿਹੜਾ ਤੁਹਾਨੂੰ ਅਸੀਂ ਆਵਾ ਦਿਖਾਉਂਦੇ ਹਾਂ ਆਵੇ ਦੀ ਬਿਲਕੁਲ ਕਲੋਜ਼ ਸ਼ਾਟਸ ਲੈ ਕੇ ਦਿਖਾਉਂਦੇ ਹਾਂ ਤੁਹਾਨੂੰ ਇਹ ਦੇਖੋ ਆ ਜੀ ਪੱਕੀਆਂ ਹੋਈਆਂ ਜਿਹੜੀਆਂ ਨੇ ਨਾਨਕਸ਼ਾਹੀ ਇੱਟਾਂ ਜਿਹੜੀਆਂ ਨੇ ਆਵੇ ਦੇ ਵਿੱਚ ਤਿੰਨ ਤਿੰਨ ਤਹਿਵਾਂ ਦੇ ਵਿੱਚ ਮੌਜੂਦ ਨੇ ਫਰਕ ਦੇਖ ਲਓ ਕਿੰਨਾ ਸਾਫ਼ ਹੈ ਵਿੱਚ ਇਹ ਉੱਤੇ ਉੱਤੇ ਮੁਗਲਾਈ ਵੀ ਨਜ਼ਰ ਆ ਰਹੀ ਹੈ ਛੋਟੀ ਲੇਕਿਨ ਮਜ਼ੀਦ ਜਿਹੜੀ ਹੈ ਉਹ ਇਹ ਉੱਤੇ ਉੱਤੇ ਜਿਹੜੀ ਹੈ ਮੁਗਲਾਈ ਹੈ ਥੱਲੇ ਜਿਹੜੀ ਹੈ ਆ ਦੇਖ ਲਓ ਜੀ ਗਾਈਡ ਕਰ ਰਿਹਾ ਇੱਕ ਸਰਦਾਰ ਨੂੰ ਗੂੰਗਾ ਬੰਦਾ ਜਿਹੜਾ ਬੋਲ ਵੀ ਨਹੀਂ ਸਕਦਾ ਹਾਂ ਹਾਂ ਆ ਦੇਖ ਲਓ ਜੀ ਇੱਕ ਸਰਦਾਰ ਨੂੰ ਕਿੱਦਾਂ ਗਾਈਡ ਕਰ ਰਿਹਾ ਬੰਦਾ ਜਿਹੜਾ ਬੰਦਾ ਹਾਂ ਕਹਿ ਰਿਹਾ ਸਰਦਾਰ ਸਾਹਿਬ ਪਾਕਿਸਤਾਨ ਆਏ ਆ ਤੇ ਅਸੀਂ ਉਹਨਾਂ ਨੂੰ ਸਾਡੇ ਪ੍ਰਾਹੁਣੇ ਹੈ ਦੋਸਤੀ ਹੈ ਅਸੀਂ ਵੈਲਕਮ ਕਹਿੰਦੇ ਹਾਂ ਇਹਨਾਂ ਨੂੰ ਮੇਰੇ ਦਿਲ ਤੋਂ ਐਂ ਜੀ ਹੈ ਇਹ ਗੱਲ ਇਹ ਇੱਦਾਂ ਕਰਕੇ ਕਹਿ ਰਿਹਾ ਦੇਖ ਲੋ ਆ ਪੂਰੇ ਇਸ਼ਾਰੇ ਦੇ ਰਿਹਾ ਉਹ ਪੂਰੇ ਆ ਦੇਖ ਲੋ ਇੱਕ ਮੁਸਲਿਮ ਬਿਲਕੁਲ ਜਿੱਦਾਂ ਤੁਸੀਂ ਕਹਿ ਲਓ ਕਿ ਬਣਿਆ ਸਵਰਿਆ ਮੁਸਲਮਾਨ ਹੁੰਦਾ ਓਦਾਂ ਹੈ ਲੇਕਿਨ ਜ਼ਬਾਨ ਨਹੀਂ ਹੈ ਆਪਣੇ ਐਕਸਪ੍ਰੈਸ਼ਨਸ ਦੇ ਉੱਤੋਂ ਉਹ ਦੱਸ ਰਿਹਾ ਠੀਕ ਹੈ ਜੀ ਉਹ ਆਪਣੇ ਐਕਸਪ੍ਰੈਸ਼ਨਸ ਜਿਹੜੇ ਨੇ ਉਹ ਦੱਸ ਰਿਹਾ ਬਹੁਤ ਖੁਸ਼ੀ ਹੋਈ ਆ ਕਹਿੰਦਾ ਜੀ ਮੈਂ ਬਹੁਤ ਖੁਸ਼ ਹਾਂ ਆਪਣੀ ਉਹ ਦੇਖ ਲਓ ਬਾਚੀਆਂ ਦੇਖ ਕੇ ਕਹਿੰਦਾ ਸਰਦਾਰ ਜੀ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਤੇ ਉਹ ਵੀ ਕਹਿੰਦਾ ਦਿਲ ਤੋਂ ਕਹਿੰਦਾ ਉਹ ਵੀ ਦਿਲ ਤੋਂ ਖੁਸ਼ ਹੈ ਆਹ ਦੇਖ ਲੋ ਅੰਦਰ ਲੱਡੂ ਫੁੱਟ ਰਹੇ ਹਾਂ ਦੇਖ ਲੋ ਹੈ ਮੁੜ ਕੇ ਇਹਨੂੰ ਜ਼ਰਾ ਬਹੁਤ ਵਧੀਆ ਲੱਗਾ ਮਿਲ ਕੇ ਹਾਂਜੀ ਇਹ ਪਿਆਰ ਰੱਬ ਬਣਾਈ ਰੱਖੇ ਜੀ ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਸੀ ਕਿ ਹਾਂ 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 ਦੇਖਿਆ ਅੱਛਾ ਜੀ ਉਹ ਕਹਿੰਦਾ ਜੀ ਹੋਰ ਅੱਗੇ ਲੈ ਚੱਲਣਾ ਤੁਹਾਨੂੰ ਆਵਾ ਜਿਹੜਾ ਚਾਰ ਸਫੇਰੇ ਹੈ ਨਾ ਅਤੇ ਇੱਥੇ ਤੱਕ ਆ ਦੇਖੋ ਪੂਰਾ ਉਹ ਕਹਿੰਦਾ ਜੀ ਉਹ ਵੀ ਦੇਖੋ ਪਿੱਛੇ ਲੋਕਾਂ ਨੇ ਗਾਵਾਂ ਮੱਝਾਂ ਜਿਹੜੀਆਂ ਬੰਨੀਆਂ ਹੋਈਆਂ ਨੇ ਉਹਦੇ ਵੱਲੋਂ ਵੀ ਕਹਿ ਰਿਹਾ ਕਿ ਤੁਸੀਂ ਇਹ ਦੇਖੋ ਆਹ ਟਾਂਗਾ ਜੀ ਸਾਡੀ ਪੁਰਾਣਾ ਇਹ ਕਾਬਲੀ ਕਿੱਕਰ ਹੈ ਠੀਕ ਹੈ ਜੀ ਤੇ ਸਰਦਾਰ ਜੀ ਹੁਣ ਦੱਸੋ ਜੀ ਇਤਿਹਾਸ ਜਾਣ ਕੇ ਕੈਸਾ ਲੱਗਾ ਗੁਰੂ ਸਾਹਿਬ ਨੂੰ ਜਿੰਨੇ ਇੱਟਾਂ ਦਿੱਤੀਆਂ ਸੀਗੀਆਂ ਪਹਿਲਾ ਗੁਰਦੁਆਰਾ ਇਸ ਇਲਾਕੇ 'ਚ ਬਣਾਉਣ ਲਈ ਸ਼ਮਾਲੀ ਲਾਹੌਰ ਦੇ ਅੰਦਰ ਹੁਣ ਅਸੀਂ ਇਸ ਈਸਟ ਵਾਲੇ ਪਾਸੇ ਹਾਂ ਅਤੇ ਤੁਸੀਂ ਜਦੋਂ ਤੁਹਾਨੂੰ ਉਹ ਸਾਰੀ ਗੱਲ ਦੱਸੀ ਹੈ ਕਿ ਉਹ ਗੁਰਦੁਆਰੇ 'ਤੇ ਵੀ ਆਪਾਂ ਤੁਹਾਨੂੰ ਲੈ ਗਏ ਹਾਂ ਉੱਥੋਂ ਵੀਡੀਓ ਨਹੀਂ ਅਸੀਂ ਕੀਤੀ ਨਿਊ ਮਾਡਰਨ ਬਿਲਡਿੰਗ ਜਿਹੜੀ ਆ ਬ੍ਰਿਟਿਸ਼ ਦੌਰ ਦੇ ਵਿੱਚ ਬਣੀ ਸੀ ਉਸ ਗੁਰਦੁਆਰਾ ਸਾਹਿਬ ਦੀ ਅਤੇ ਕਿੱਦਾਂ ਲੱਗਾ ਤੁਹਾਨੂੰ ਅੱਜ ਜਹਾਂ ਇਹ ਤੁਹਾਨੂੰ ਪਹਿਲੇ ਪਤਾ ਸੀਗਾ ਇਤਿਹਾਸ ਪਤਾ ਸੀ ਔਰ ਤੁਹਾਡੀ ਹੀ ਵੀਡੀਓ ਮੈਂ ਇੱਕ ਦੇਖੀ ਹੋਈ ਸੀ ਜਿਹ 'ਚ ਆਵਾ ਦੇਖਿਆ ਔਰ ਇਹਦੀ ਇੰਟਰਨੈਟ 'ਤੇ ਫੋਟੋ ਦੇਖੀ ਸੀ ਪਰ ਫੋਟੋ ਠੀਕ ਆ ਫੋਟੋ ਕਹਿ ਦਿੰਦੇ ਵੀ ਇੱਕ ਫੋਟੋ ਜਿਹੜੀ 1000 ਸ਼ਬਦ ਦੇ ਬਰਾਬਰ ਹੁੰਦੀ ਹੈ ਪਰ ਵੇਖਣਾ 1,00,000 ਸ਼ਬਦ ਦੇ ਬਰਾਬਰ ਹੁੰਦਾ ਜੀ ਇੱਕ ਵਾਰੀ ਆ ਕੇ ਦੇਖ ਲੈਣਾ ਉਹ ਫੋਟੋ ਦੇ ਵਿੱਚ ਉਹ ਫੀਲਿੰਗ ਵੀ ਆਉਂਦੀ ਅਤੇ ਅੱਜ ਆਪਾਂ ਸਵੇਰੇ ਲਾਈਵ ਨਹੀਂ ਹੋਏ ਵੀ ਆਪਾਂ ਕਿੱਦਾਂ ਸਿੱਖ ਨੈਸ਼ਨਲ ਕਾਲਜ ਜਾ ਚੁੱਕੇ ਹਾਂ ਅਤੇ ਭਾਈ ਬੁੱਧੂ ਦਾ ਜਿੱਥੇ ਮਕਬਰਾ ਸੀ ਉੱਥੇ ਵੀ ਜਾ ਆਏ ਹਾਂ ਅਤੇ ਹੁਣ ਇਹ ਤੀਜੀ ਥਾਂ 'ਤੇ ਆ ਗਏ ਅਸੀਂ ਜਿੱਥੇ ਇਹ ਆਵਾ ਸੀਗਾ ਅਤੇ ਸਿੱਖ ਇਤਿਹਾਸ ਵੀ ਅਸੀਂ ਬਹੁਤ ਛੋਟੇ ਹੁੰਦਿਆਂ ਤੋਂ ਸਾਖੀ ਸੁਣਦੇ ਆਏ ਹਾਂ ਅਤੇ ਜਿੰਨੇ ਸੁਣਨ ਵਾਲੇ ਵੀਰ ਆ ਮੋਸਟਲੀ ਜਾਣਦੇ ਹੋਣਗੇ ਪਰ ਬਹੁਤ ਵਧੀਆ ਲੱਗ ਰਿਹਾ ਜੀ ਹੁਣ ਦੇਖਣਾ ਜਿਹੜਾ ਕੁਛ ਹੋਰ ਚੀਜ਼ ਹੁੰਦੀ ਹੈ ਜਿਹੜੀਆਂ ਸਾਖੀਆਂ ਤੁਸੀਂ ਪੜ੍ਹਦੇ ਹੋ ਖਾਸ ਕਰਕੇ ਅਤੇ ਉਹਨਾਂ ਨੂੰ ਜਦੋਂ ਇੰਪਲੀਮੈਂਟ ਹੁੰਦੇ ਦੇਖਦੇ ਹੋ ਔਰ ਚੀਜ਼ਾਂ ਇੱਕ ਮੇਰਾ ਗਰਾਊਂਡ ਰਿਐਲਿਟੀ ਵੀ ਹੈ ਯਾਨੀ ਕਿ ਉਹ ਕੋਈ ਫੇਕ ਸਟੋਰੀਜ਼ ਜਿੱਦਾਂ ਲੋਕ ਸਮਝਦੇ ਆ ਨਾ ਮਤਲਬ ਕੋਈ ਆਪਣੇ ਮਨ ਘੜਤਾ ਹੈ ਅਤੇ ਉਹਦੇ ਦੇਖੋ ਪ੍ਰੂਫਸ ਵੀ ਪ੍ਰਾਈਮਰੀ ਸੋਰਸਿਸ ਵੀ ਜਿਹੜੇ ਆ ਉਹ ਅੱਜ ਤੱਕ ਬਾਕੀ ਨੇ ਔਰ ਅਸੀਂ ਲੋਕ ਉਹਨਾਂ ਨੂੰ ਦੇਖੋ ਜਿਸ ਹਾਲ ਦੇ ਵਿੱਚ ਵੀ ਆ ਹੁਣ ਮੈਂ ਇਹੀ ਕਹਾਂਗਾ ਕਿ ਹਾਲ ਤਾਂ ਮਾੜਾ ਹੀ ਆ ਚੰਗਾ ਹਾਲ ਨਹੀਂ ਹੈ ਲੇਕਿਨ ਇਹਨੂੰ ਇਸ ਹਾਲ ਦੇ ਵਿੱਚ ਹੀ ਰਹਿਣਾ ਬਿਹਤਰ ਹੈ ਇਸ ਵਾਸਤੇ ਕਿਉਂਕਿ ਇਸ ਚੀਜ਼ ਨੂੰ ਖਤਮ ਹੋਏ ਹੋਏ ਤਕਰੀਬਨ ਕੋਈ 200 ਸਾਲ ਦੇ ਕਰੀਬ ਹੋਣ ਵਾਲਾ ਔਰ ਉਹਦੇ ਬਾਵਜੂਦ ਵੀ 200 ਈਅਰਸ ਤੋਂ ਬਾਅਦ ਵੀ ਇਹ ਜਗ੍ਹਾ ਜਿਹੜੀ ਹੈ ਆਪਣੀ ਲੁੱਕ ਦੇ ਵਿੱਚ ਬਾਕੀ ਹੈ ਅਤੇ ਮੈਂ ਇਹੀ ਕਹਾਂਗਾ ਕਿ ਜਿੰਨਾ ਹੈ ਫਿਰ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਇਤਿਹਾਸ ਤਾਂ ਹੈਗਾ ਨਾ ਜੀ ਘੱਟੋ ਘੱਟ ਕਿਉਂਕਿ ਇਹਨੂੰ ਬਣੇ ਨੂੰ ਤਾਂ 500 ਸਾਲ ਤੋਂ ਉੱਪਰ ਹੋ ਗਿਆ 500 ਸਾਲ ਤੋਂ ਉੱਤੇ ਹੋ ਗਿਆ 200 ਸਾਲ ਪੁਰਾਣਾ ਆਵਾ ਵਾ ਹਾਂਜੀ 500 ਸਾਲ ਤੋਂ ਉੱਤੇ ਦਾ ਜਿਹੜਾ ਆਵਾ
ਜੀ ਤੇ ਫਿਰ ਮਿਲਾਂਗੇ ਕਿਸੇ ਹੋਰ ਇਤਿਹਾਸਿਕ ਨਾਲ ਔਰ ਤਵਾਰੀਖ ਦੇ ਨਾਲ ਤੇ ਸਾਡੇ ਨਾਲ ਸਾਡੇ ਵੀਰ ਜਿਹੜੇ ਨੇ ਆਏ ਹੋਏ ਨੇ ਨਿਸ਼ਾਨ ਸਿੰਘ ਜੀ ਔਰ ਨਾਲ ਦੀ ਨਾਲ ਸਾਡੇ ਜਿਹੜੇ ਨਾਲ ਦੀ ਨਾਲ ਅਹਿਮਦ ਹਸਨ ਸਾਹਿਬ ਵੀ ਨੇ ਔਰ ਅਸੀਂ ਟ੍ਰਿਪ ਲੈ ਕੇ ਨਿਕਲੇ ਹੋਏ ਹਾਂ ਅੱਜ ਨਿਸ਼ਾਨ ਸਿੰਘ ਵੀਰ ਜੀ ਨੂੰ ਸੈਲਫਲੈਸ ਹੋ ਕੇ ਪਿਆਰ ਕਰਦੇ ਹੋਏ ਹਾਂ ਮੁਹੱਬਤ ਕਰਦੇ ਹੋਏ ਹਾਂ ਇਹ ਪਿਆਰ ਮੁਹੱਬਤ ਅਮਨ ਤੇ ਭਾਈਚਾਰੇ ਦਾ ਜਿਹੜਾ ਪੈਗਾਮ ਹੈ ਇਹ ਤੁਹਾਡਾ ਕੰਮ ਹੈ ਇਸ ਪੈਗਾਮ ਨੂੰ ਅੱਗੇ ਵਧਾਉਣਾ ਰੱਬ ਰਾਖਾ ਜੀ।